ਤੁਸੀਂ ਐਪਲੀਕੇਸ਼ਨ ਸਾਡੀ ਡਾਊਨਲੋਡ ਕੀਤੀ ਹੈ? ਕੀ ਮਤਲਬ ਸਰ? ਐਪਲੀਕੇਸ਼ਨ ਸਾਡੀ ਡਾਊਨਲੋਡ ਹੁੰਦੀ ਹੈ ਨਾ ਜੀ? ਸਦਕੇ ਦੀ ਐਪਲੀਕੇਸ਼ਨ ਕਿਹੜੀ ਹੈ ਜਨਾਬ? ਹੁੰਦੀ ਹੈ ਜਨਾਬ, ਕਿਉਂ ਨੀ? ਸਦਕਾ yahoo.com। ਅੱਛਾ ਜੀ, ਹਾਂਜੀ, ਸ਼ਾਪਰਾ ਦੀ ਫੈਕਟਰੀ ਹੈ। ਹਾਂਜੀ, ਸ਼ਾਪਰਾ ਦੀ ਫੈਕਟਰੀ। ਫਿਰ ਗੋਸ਼ਤ ਝੋਲੀ ਚ ਪਵਾ ਲਓ, ਆਪਣੇ ਸ਼ਾਪਰਾ ਚ ਪਾ ਲੈਣਾ। ਦੁਬਾਰਾ ਫਿਰ ਤੁਹਾਡੇ ਕੋਲ ਸਦਕਾ ਲੈਣਾ ਤੁਸੀਂ? ਭਾਅ ਜੀ ਲੈ ਜਾਓ, ਮੈਂ ਇਹੀ ਸਮਝਾਂਗਾ, ਮੈਂ ਇਹੀ ਸਦਕਾ ਦੇ ਦਿੱਤਾ। ਕਾਰੋਬਾਰ ਤੇ ਇੰਨੀ ਸਖਤੀ ਹੈ, ਮਾਲਕਾਂ ਨੂੰ ਸਦਕਾ ਦਿੰਦੇ ਆ, ਫੇਰ ਹੀ ਕੋਈ ਗੱਲ ਬਣਨੀ ਹੈ। ਅੱਲਾ ਖੈਰ ਕਰੇ, ਅੱਜ ਮਾਲ ਵੀ ਚੰਗਾ ਲਿਆਂਦਾ ਤੇ ਗਾਹਕ ਵੀ ਕੋਈ ਨਹੀਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕਿੰਨੇ ਦਾ ਪੈਕਟ ਦੇ ਰਹੇ ਹੋ ਭਾਈ? ਇਹ ਭਾਅ ਜੀ 250 ਦਾ ਜੀ। 250 ਦਾ ਹਿਰਨ ਦਾ ਗੋਸ਼ਤ ਜਨਾਬ? ਹਾਲਾਤ ਵੀ ਤੇ ਦੇਖੋ ਨਾ ਭਾਅ ਜੀ। ਹਾਲਾਤ ਕੀ ਭਾਏ ਨਾ, ਤੁਸੀਂ ਰਾਵੀ ਵਾਲੀ ਸਾਈਡ ਤੇ ਜਾਓ, ਉੱਥੇ ਅਗਲੇ 20-30 ਰੁਪਏ ਦਾ ਪੈਕਟ ਦੇ ਰਹੇ। ਉੱਥੋਂ ਲੈ ਲਓ ਭਾਅ ਜੀ, ਉਹ ਵੀ ਸਾਡੀ ਆਪਣੀ ਬ੍ਰਾਂਚ ਹੈ। ਅੱਛਾ ਜੀ, ਹਾਂਜੀ, ਕੀ ਮਤਲਬ ਬ੍ਰਾਂਚ ਦਾ ਕੀ ਮਤਲਬ ਸਰ? ਬ੍ਰਾਂਚ ਹੈ ਨਾ ਜੀ ਸਾਡੀ, ਉੱਥੇ ਰਾਵੀ ਦੀ ਉਹ ਮੇਨ ਬ੍ਰਾਂਚ ਹੈ ਨਾ ਜੀ। ਦੂਸਰੀ ਗੱਲ, ਇਹਦੇ ਚ ਭਿੰਡੀਆਂ ਭੁੰਡੀਆਂ ਪਾ ਸਕਦੇ? ਇਹਦੇ ਚ ਭਾਵੇਂ ਕਚਨਾਰ ਪਾ ਲਓ ਤੁਸੀਂ, ਭਾਵੇਂ ਅਨਾਰਦਾਣਾ ਪਾ ਲਓ। ਅੱਛਾ ਜੀ, ਹਾਂਜੀ, ਇਹਦਾ ਮਤਲਬ ਧਾੜੀ ਪਰਿੰਦੇ ਨੇ ਜਿਹੜੇ ਖਾਣ? ਇਹ ਭਾਵੇਂ ਜਿਹੜਾ ਮਰਜ਼ੀ ਸਬਜ਼ੀਆਂ ਭਾਵੇਂ ਰਹਿਣ ਦਿਓ, ਹਾਂਜੀ, ਫਰੂਟ ਪਾ ਕੇ ਖਾਓ। ਫਰੂਟ ਕੀ ਮਤਲਬ? ਹਾਂ, ਖੁਰਮਾਨੀਆਂ ਪਾ ਲਓ, ਅੰਗੂਰ ਪਾ ਲਓ। ਗੋਸ਼ਤ ਦੇ ਵਿੱਚ ਕੌਣ ਫਰੂਟ ਪਾਉਂਦਾ? ਜ਼ੈਕਾ ਲੈਣਾ ਨਾ ਤੁਸੀਂ, ਜ਼ੈਕਾ ਤੋਂ ਬਾਅਦ ਫਰੂਟ ਖਾਈਦਾ, ਗੋਸ਼ਤ ਖਾਣ ਤੋਂ ਬਾਅਦ। ਹਾਂਜੀ, ਠੀਕ ਹੈ ਨਾ। ਤੇ ਤੁਸੀਂ ਦੱਸੋ ਵੀ ਇਹਦਾ ਹਿਸਾਬ ਕਿਤਾਬ ਤੇ ਬੜੀ ਸਖਤੀ ਹੋਈ। ਕਾਰੋਬਾਰ ਵਾਲੀਆਂ ਜਿਹੜੀਆਂ ਸਖਤੀਆਂ ਨੇ ਜੀ, ਇਹਦੇ ਵਾਸਤੇ ਕੋਈ ਦੁਆ ਕਰਾਓ। ਜੇ ਸਦਕਾ ਦੇਣਾ, ਜੇ ਕੋਈ ਘਰ ਮਹਿਮਾਨ ਆਏ ਨੇ ਪਕਾਉਣ ਵਾਸਤੇ ਲਿਜਾਣਾ, ਫਿਰ ਤੇ ਤੁਹਾਡੀ ਆਪਣੀ ਮਰਜ਼ੀ ਹੈ। ਸਿਰ ਪਕਾਉਣ ਵਾਸਤੇ ਨਹੀਂ, ਸਦਕੇ ਦੇ ਜੋ ਇੱਥੇ ਤੁਸੀਂ ਵੀ ਤੇ ਸਰ ਬਚਿਆ ਹੀ ਲੈ ਕੇ ਆਉਂਦੇ। ਬਾਤ ਬਚਿਆ ਨਹੀਂ ਭਾਅ ਜੀ, ਅੱਜ ਮੇਰਾ ਬਚਿਆ ਨਹੀਂ ਹੈਗਾ, ਉਹ ਲੋਕ ਹੋਰ ਨੇ, ਅੱਗੇ ਨੇ ਉਹ। ਅੱਛਾ ਜੀ, ਇਹ ਤੱਕ ਨਹੀਂ ਰੱਖਿਆ ਮਸਲਾਂ ਦਾ ਪਾਣੀ ਸ਼ਾਣੀ? ਖਲੋਤੇ ਵੇਖੋ ਨਾ ਭਾਅ ਜੀ ਕਿੱਥੇ। ਅੱਛਾ ਅੱਛਾ, ਉਹ ਤੁਹਾਡੇ ਪੀਣ ਵਾਲਾ ਅਸੀਂ ਤੇ ਨਹੀਂ ਨਾ ਪੀ ਸਕਦੇ, ਸਾਡਾ ਇਹ ਪਾਣੀ। ਅੱਛਾ ਅੱਛਾ, ਤੁਹਾਡਾ ਇਹ ਪਾਣੀ, ਇਹ ਪੜੇ ਆ, 12 ਪੜੇ ਆ ਭਾਅ ਜੀ। ਅੱਛਾ ਜੀ, ਪੜੇ? ਹਾਂਜੀ। ਇਹਨੂੰ ਕਿਸੇ ਨੌਕਰੀ ਤੇ ਲਵਾ ਦਿਓ, ਐ ਵੀ ਨਾਲ ਧੁੱਖੇ ਕਚਵਾ ਕਰ ਰਹੇ, ਅਜੇ ਉਮਰ ਨਹੀਂ ਨਾ ਹੈਗੀ ਭਾਅ ਜੀ। ਅੱਛਾ ਅੱਛਾ, ਇਹ ਵੇ ਤਸੀ ਲਿਆਈ? ਨਹੀਂ, ਇਹ ਹਜ਼ਾਰ ਵਾਲੀ ਹੈ। ਅੱਛਾ ਅੱਛਾ ਅੱਛਾ, ਠੀਕ, ਇਹ ਹਜ਼ਾਰ ਵਾਲੀ ਬੋਤਲ ਭਾਅ ਜੀ। ਠੀਕ ਸਹੀ, ਇਹਨਾਂ ਪਾਣੀ ਸਰ ਤੁਸੀਂ ਕਿਉਂ ਰੱਖਿਆ? ਗੋਸ਼ਤ ਬਾਸੀ ਹੋਵੇ ਤੇ ਉਹਨੂੰ ਪਾਣੀ ਲਾਉਂਦੇ, ਪਾਣੀ ਵਾਲਾ ਗੋਸ਼ਤ ਪਿੱਛੋਂ ਅਸੀਂ ਧੋ ਕੇ ਲਿਆਈਦਾ ਭਾਅ ਜੀ, ਪਿੱਛੋਂ ਧੋ ਕੇ।
ਆਪਣੀ ਗੱਡੀ ਚਮਕਾਉਣੀ ਹੈ ਨਾ, ਭਾਵੇਂ ਸਾਡੇ ਕੋਲ ਲੋਕਾਂ ਨੇ ਸਦਕਾ ਹੀ ਦੇਣਾ, ਲੇਕਿਨ ਦੁਕਾਨਦਾਰੀ ਤਾਂ ਭਾਜੀ ਚਮਕਣੀ ਹੋਣੀ ਚਾਹੀਦੀ ਸਰ। ਇੱਕ ਦੇ ਦਿਓ ਵੀ ਚਾਰ ਪੈਕਟ ਸਾਨੂੰ ਦੇ ਦਿਓ ਸਦਕਾ, ਕੀ ਪੜ੍ਹਦੇ ਹੁੰਦੇ ਜਦੋਂ ਅਗਲੇ ਦੇ ਉੱਤੋਂ ਇਸ ਤਰ੍ਹਾਂ ਕਰਕੇ ਮਾਰਦੇ? ਉਹ ਜੋ ਤੁਸੀਂ ਆਪਣਾ ਪੜ੍ਹਨਾ ਪੜ੍ਹ ਲਓ, ਸਾਡਾ ਤੇ ਪੜ੍ਹਿਆ ਪੜ੍ਹਾਇਆ ਹੀ ਹੁੰਦਾ। ਨਹੀਂ ਕੁਛ ਪੜ੍ਹ ਕੇ ਤੇ ਹੁੰਦਾ ਹੀ ਹੈ ਨਾ, ਬੰਦਾ ਸਦਕੇ ਦੀ ਨੀਅਤ ਤੇ ਕਰਦਾ ਹੀ ਹੈ ਨਾ ਕਿ ਜੀ ਇਹ ਸਦਕੇ ਦੀ ਨੀਅਤ। ਹਾਂ, ਅੱਲਾ ਦਾ ਨਾਂ ਲੈਣਾ ਹੈ ਜੀ, ਤੁਸੀਂ ਜਿਹੜੀ ਚੀਜ਼ ਤੋਂ ਵਾਰਨਾ ਹੈ, ਸਾਈਕਲ ਹੈ, ਗੱਡੀ ਹੈ। ਹਾਂਜੀ, ਗੱਡੀ ਹੈ ਸਰ, ਆਪਣੀ ਫੈਕਟਰੀ ਹੈ। ਅੱਛਾ, ਮਾਲਕਾਂ ਦੀ ਹੈ ਕਿ ਆਪਣੀ ਹੈ ਤੁਹਾਡੀ? ਸਰ ਆਪਣੀ ਹੈ, ਅਲਹਮਦੁਲਿਲਾ ਜਨਾਬ। ਅੱਛਾ 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 ਅੱਛਾ, ਜੀ ਜੀ, ਫੈਕਟਰੀ ਆਪਣੀ ਸ਼ਾਪਰ ਦੀ। ਠੀਕ ਠੀਕ ਠੀਕ। ਹਾਂਜੀ, ਤੇ ਉਹ ਜਰਾ ਨਾ ਕੰਮ ਦੀ ਥੋੜੀ ਜਿਹੀ ਸਖਤੀ ਆਈ ਸੀ, ਤੇ ਮੈਂ ਕਿਹਾ ਯਾਰ ਇਹ ਭਾਈ ਅੱਛਾ ਲੱਗ ਰਿਹਾ, ਇਹਦੇ ਕੋਲ ਸਦਕਾ। ਹਾਂ ਤੇ ਲਵੋ ਭਾਜੀ, ਬਿਹਤਰੀਨ ਹੈਗਾ। ਕਿੰਨੇ ਪੈਕਟ ਕਰਨੇ ਜੇ? ਦੇ ਦਿਓ ਕੋਈ 16 ਪੈਕਟ ਫੈਕਟਰੀ ਦੇ ਦੇ ਦਿਓ। ਅੱਛਾ ਜੀ, ਤੇ 10 ਪੈਕਟ ਗੱਡੀ ਵਾਸਤੇ ਦੇ ਦਿਓ। ਅੱਛਾ ਜੀ, ਤੇ 15-20 ਮੇਰੇ ਮੁਲਾਜ਼ਮ ਹੈਗੇ ਨੇ, 2-2 ਪੈਕਟ ਉਹਨਾਂ ਦੇ ਲਾ ਲਓ। ਅੱਛਾ ਜੀ, ਤੇ 10 ਪੈਕਟ ਮੇਰੇ ਆਪਣੇ ਲਾ ਲਓ। ਠੀਕ ਹੈ, ਤੇ ਇਹ ਟੋਟਲ ਕੁੱਲ ਮਿਲਾ ਲਓ, ਹੁਣ ਕਿੰਨੇ ਬਣਦੇ ਨੇ? ਤੁਸੀਂ ਐਪਲੀਕੇਸ਼ਨ ਸਾਡੀ ਡਾਊਨਲੋਡ ਕੀਤੀ ਹੈ? ਕੀ ਮਤਲਬ ਸਰ? ਐਪਲੀਕੇਸ਼ਨ ਸਾਡੀ ਡਾਊਨਲੋਡ ਹੁੰਦੀ ਹੈ ਨਾ ਜੀ। ਸਦਕੇ ਦੀ ਐਪਲੀਕੇਸ਼ਨ ਕਿਹੜੀ ਹੈ ਜਨਾਬ? ਹੁੰਦੀ ਹੈ ਜਨਾਬ, ਕਿਉਂ ਨਹੀਂ, sadka@yahoo.com। ਅੱਛਾ ਜੀ, ਲਓ ਹੁਣੇ ਜਨਾਬ ਡਾਊਨਲੋਡ ਕਰ, ਐਪਲੀਕੇਸ਼ਨ ਕਰੋ, ਭਾਵੇਂ ਤੁਸੀਂ ਘਰ ਚਲੇ ਜਾਓ, ਤੁਹਾਡੇ ਬੂਹੇ ਅੱਗੇ ਦੇ ਜਾਏਗਾ ਬੰਦਾ। ਅੱਛਾ ਜੀ, ਹਾਂ ਠੀਕ ਹੈ, ਤੇ ਸਾਨੂੰ ਕੁਝ ਭੇਜਣਾ ਤੇ ਨਹੀਂ ਪਏਗਾ ਤੁਹਾਨੂੰ ਜਾਂ? ਤੁਸੀਂ ਅਪਲਾਈ ਕਰੋਗੇ ਤੇ ਤੁਹਾਡੇ ਤੱਕ ਪਹੁੰਚੇਗਾ ਨਾ ਜੀ। ਜੀ ਬਿਲਕੁਲ ਬਿਲਕੁਲ, ਇਹ ਹੀ ਹੈ ਜੀ ਤੁਹਾਡੀ? ਜੀ ਬਿਲਕੁਲ, ਹਾਂ ਬਿਲਕੁਲ, ਇਹ ਹੀ ਹੈ sadka@yahoo.com। sadka@yahoo.com, ਹਾਂ ਜੀ ਠੀਕ। ਇਹ ਤਾਂ ਫੇਕ ਆ ਰਹੇ ਹੈ ਜੀ, ਇਹ ਫੇਕ ਆ ਰਹੇ ਆ ਸਾਰਾ। ਫੇਕ ਨਹੀਂ ਆ ਰਿਹਾ, ਫੋਨ ਤੁਹਾਡਾ ਮਤਲਬ ਹੈ ਭਾਜੀ। ਮਤਲਬ ਕੀ ਸਰ? ਕੀ ਫੇਕ ਆ ਰਹੇ? ਉੱਤੇ ਤੁਸੀਂ ਉਤਰੇ ਤੁਸੀਂ ਗੱਡੀ ਚੋ, ਫੋਨ ਤੁਹਾਡਾ ਸਹੀ ਨਹੀਂ ਹੈਗਾ। ਫੋਨ ਵੀ ਕਿਸੇ ਦਾ ਚਾਰਜਿੰਗ ਤੇ ਨਹੀਂ ਲਿਆਂਦਾ ਲਾ ਸਰ। ਮੈਂ ਕਹਿ ਰਿਹਾ ਕਿ ਤੁਸੀਂ ਇਹ ਦੇਖੋ ਨਾ, ਹਾਂਜੀ, ਤੁਸੀਂ ਤੇ ਉਹਨੂੰ ਐ ਵੀ ਇਸ ਤਰ੍ਹਾਂ ਖੜਕਾ ਖੜਕਾ ਜਿਵੇਂ ਲਿਖ ਝਾੜੀ ਦੀ ਕੁਝ ਕਰਨ ਦੇ, ਇਹ ਦੇਖੋ ਇਹ ਸਾਹਮਣੇ ਆ ਗਿਆ ਸਾਰਾ। ਸਾਹਮਣੇ ਤੇ ਸਾਰਾ ਕੁਝ ਆ ਗਿਆ, ਇਹਨੂੰ ਇੰਜ ਵੀ ਤੇ ਕਰੋ ਨਾ ਭਾਜੀ। ਇਹ ਲੋਕ ਕਿੱਥੋਂ ਕਰਨਾ ਦੱਸੋ? ਹੋ ਹੀ ਨਹੀਂ ਰਿਹਾ ਭਾਜੀ, ਉਹ ਇਹ ਰੋੜਾ ਲਵੋ, ਇੰਜ ਨਹੀਂ ਹੋਣਾ ਇਹਨੇ। ਹੈਲੋ ਹੈਲੋ, ਕੀ ਹੋ ਗਿਆ ਜੀ ਤੁਹਾਨੂੰ? ਤੇ ਭਾਜੀ ਇਹਨੂੰ ਕਰੋ ਨਾ, ਇਹ ਬੜਾ ਮਹਿੰਗਾ ਸੈੱਟ ਹੈ। ਤੇ ਫਿਰ ਸਦਕਾ ਨਾ ਲਵੋ ਭਾਜੀ, ਇਹ ਤਾਂ ਠੀਕ ਕਰਾਓ। ਇਹ ਠੀਕ ਹੈ ਮਾਕਮ, ਜਦੋਂ ਤੁਹਾਡੀ ਐਪ ਹੀ ਅਸੀਂ ਡਾਊਨਲੋਡ ਕਰ ਲਈਏ। ਹਾਂ ਨਹੀਂ, ਐਪ ਤੇ ਡਾਊਨਲੋਡ ਹੋ ਗਈ ਹੈ, ਤੇ ਚੱਲ ਕਿਉਂ ਨਹੀਂ ਰਿਹਾ ਫੋਨ ਤੁਹਾਡਾ? ਇਹ ਮੈਨੂੰ ਲੱਗਦਾ ਤੁਹਾਡੀਆਂ ਬ੍ਰਾਂਚਾਂ ਨਹੀਂ ਹੈ, ਤੁਹਾਡਾ ਨਹੀਂ ਹੈ ਕੋਈ ਐਸਾ ਸਿਸਟਮ। ਸਰ ਸਾਡੀਆਂ ਬ੍ਰਾਂਚਾਂ ਹੈ ਨੇ, ਤੁਸੀਂ ਘਰ ਜਾਓਗੇ ਨਾ, ਇਹਨੂੰ ਰੀਫਰੈਸ਼ ਕਰਕੇ ਡਾਊਨਲੋਡ ਕਰੋਗੇ। ਸਰ ਐ ਮੈਂ ਤੁਹਾਡੇ ਸਾਹਮਣੇ ਹੁਣੇ ਰੀਫਰੈਸ਼ ਕਰਨਾ? ਸਾਹਮਣੇ ਨਹੀਂ ਨਾ ਕਰਨਾ ਭਾਜੀ, ਇਕੱਲਿਆਂ ਬਹਿ ਕੇ ਕਰਨਾ ਤੁਸੀਂ। ਕੀ ਮਤਲਬ? ਤੁਸੀਂ ਪਿੱਛੋਂ ਕੋਈ ਦਮਸ਼ਮ ਕਰਦੇ? ਨਹੀਂ ਨਹੀਂ, ਦਮਸ਼ਮ ਨਹੀਂ, ਫਿਰ ਤੁਹਾਡੇ ਮੌਕਾ ਲਾਉਂਦੇ ਨੇ ਵੀ ਲਓ ਜੀ ਜਾ ਕੇ ਸਾਡਾ ਐਪ ਜਿਹੜੀ ਹੈ ਉਹਨੂੰ ਬਿਲਕੁਲ ਉਹਦਾ ਵਾਇਰਸ ਕੱਢ ਜਾਓ। ਸਾਰੇ ਅਸਲ ਦੇ ਵਿੱਚ ਤੁਸੀਂ ਨੈਟ ਚਲਾ ਰਹੇ ਹੋਗੇ, ਬਜ਼ਾਰੀ ਬਜ਼ਾਰੀ ਚਲਾਉਂਦੇ ਹੋ? ਜੀ ਜੀ ਜੀ, ਘਰ ਵਾਈਫਾਈ ਲੱਗਾ ਲੱਗਾ, ਜਦੋਂ ਘਰ ਜਾਣਾ ਤੁਸੀਂ ਆ ਜਾਏਗੇ, ਵਾਈਫਾਈ ਨਾਲ ਕਨੈਕਟ ਹੈਗੀ, ਲੋਕਲ ਲਾ ਲਈ ਹੈ ਸਰ। ਲੋਕਲ ਨਹੀਂ ਦਾ, ਇਹ ਪੂਰੀ ਦੁਨੀਆ ਤੇ ਆਈ ਨੈਟ ਚੱਲਦਾ ਜਨਾਬ, ਜਿਹੜਾ ਮਰਜ਼ੀ ਭਾਵੇਂ। ਉਹ ਤੁਸੀਂ ਪੈਸਿਆਂ ਨਾਲ ਲਵਾਇਆ ਨਾ ਨੈਟ? ਜੀ 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 ਜੀ, ਘਰ ਵਾਈਫਾਈ ਲੱਗੀ, ਉਹ ਤੇ ਬੱਚਿਆਂ ਲਈ ਲਵਾਇਆ ਨਾ? ਲੱਗਿਆ ਨਾ ਜੀ, ਲੱਗੇ ਆ। ਉੱਥੇ ਤੇ ਪੈਸਾ ਤੁਸੀਂ ਮਹੀਨੇ ਬਾਅਦ ਦਿੰਦੇ ਹੋ, ਉਹ ਮਹੀਨੇ ਬਾਅਦ ਸਰ, ਹਫਤੇ ਦਾ ਪੈਕੇਜ ਲੱਗਦਾ, ਪੈਸੇ ਦਿੰਦੇ ਹੋ? ਨਹੀਂ ਸਰ, ਇਹਦੇ ਤੇ ਵੀ ਮਤਲਬ ਨਹੀਂ। sadka@yahoo.com ਵਾਈਫਾਈ ਤੇ ਚੱਲਦਾ ਭਾਜੀ, ਜਦੋਂ ਕੰਮ ਹੀ ਸਦਕੇ ਦਾ ਸਾਡਾ। ਹਾਂ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਲੇਕਿਨ ਇਹ ਕਿਉਂ ਨਹੀਂ ਹੋ ਰਿਹਾ ਫਿਰ? ਇਹ ਭਾਜੀ ਤੁਹਾਡੇ ਫੋਨ 'ਚ ਨੁਕਸ ਨਹੀਂ ਹੈਗਾ,
ਅਸਲ ਦੇ ਵਿੱਚ ਨਗਦ ਵਾਲਾ ਜਿਹੜਾ ਨੈਟ ਹੈ ਨਾ ਉਹ ਤੇ ਨਹੀਂ ਚੱਲਦਾ, ਸਦਕਾ ਯਾਹੂ ਡੋਟ ਕਾਮ ਯਾਨੀ ਇਸ ਬੀਲੀਲਾ ਨੈਟ ਜਿਹੜਾ ਹੈ ਨਾ ਵਾਈਫਾਈ ਉਹ ਤੇ ਚੱਲੇਗਾ। ਅੱਛਾ ਅੱਛਾ ਅੱਛਾ, ਯਾਨੀ ਕਿਸੇ ਕੋ ਹੌਟਸਪੌਟ ਮੰਗੀਏ ਤੇ ਫੇਰ ਕੰਮ ਹੀ ਮੰਗਣ ਦਾ ਨਾ ਭਾਜੀ ਸਾਡਾ, ਬਿਲਕੁਲ ਕੋਲੇਨ ਦਾ ਸਦਕੇ ਦਾ ਕੰਮ ਹੈ। ਠੀਕ ਠੀਕ, ਚਲੋ ਇਹ ਮੈਂ ਘਰ ਜਾ ਕੇ ਕਰਨਾ। ਅੱਛਾ ਛਾਪਰਾ ਦੀ ਫੈਕਟਰੀ ਹੈ? ਹਾਂਜੀ ਛਾਪਰਾ ਦੀ ਫੈਕਟਰੀ। ਫਿਰ ਗੋਸ਼ਤ ਝੋਲੀ ਚ ਪਵਾ ਲਓ, ਆਪਣੇ ਛਾਪਰਾ ਚ ਪਾ ਲੈਣਾ। ਕੀ ਮਤਲਬ ਤੁਹਾਡਾ ਸਰ, ਤੁਹਾਡੇ ਛਾਪਰ ਲੀਕ ਨੇ? ਲੀਕ ਨੇ, ਗਰੀਬ ਆਦਮੀ, ਚਲੋ ਮੇਰੇ ਕੋਲ ਛਾਪਰ ਭੱਜ ਜਾਣਗੇ। ਕੋਈ ਐਸੀ ਗੱਲ, ਵੱਡੇ ਬੰਦੇ ਹੋ ਤੁਸੀਂ, ਗਰੀਬ ਆਦਮੀ ਹੋ, ਮੈਂ ਤੁਹਾਨੂੰ 100-200 ਰੁਪਇਆ ਵੱਧ ਦੇ ਦਿਆਂਗਾ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਤਕਰੀਬਨ 20-25 ਪੈਕਟ ਜਿਹੜੇ ਨੇ ਫੈਕਟਰੀ ਦੇ ਕਰਦੇ ਹੋ। ਅੱਛਾ ਜੀ। 10-15 ਦੇ ਕਰਦੇ ਹੋ ਆਪਣਾ ਗੱਡੀ ਦੇ, 16 ਮੇਰੇ ਮੁਲਾਜ਼ਮ ਨੇ, 2-2 ਪੈਕਟ ਉਹਨਾਂ ਦੇ ਕਰਦੇ ਹੋ, 10 ਮੇਰੇ ਕਰਦੇ। ਬਿਲਕੁਲ ਠੀਕ। ਕਿੰਨੇ ਬਣ ਗਏ ਨੇ ਹੁਣ, ਹਿਸਾਬ ਲਾ ਲਓ, ਤੁਹਾਡੇ ਕੋਲ ਹੈ 7.5 ਹਜ਼ਾਰ? ਹਿਸਾਬ ਕੀ ਜੀ, ਉਂਗਲਾਂ ਦੇ ਹਿਸਾਬ ਹੈ ਜੀ, 7.5 ਹਜ਼ਾਰ ਬਣਦਾ। ਉਂਗਲਾਂ ਦੇ ਹਿਸਾਬ ਨੀ, ਖੁਸ ਰਿਹਾ ਨਾ ਜਾਂਦੇ ਹੋ, ਉਂਗਲਾਂ ਦਾ ਹਿਸਾਬ ਕੀ? ਭਾਈ ਖੁਸ ਰਿਹਾ ਦਾ ਨੀ, ਸਾਡਾ ਡੇਲੀ ਦਾ ਕੰਮ ਹੈ, ਤੁਸੀਂ ਤੇ ਜਦੋਂ ਮੁਸੀਬਤ ਪਈ ਉਦੋਂ ਸਦਕਾ ਦੇਣਾ। ਹਾਂਜੀ ਹਾਂਜੀ, ਬਿਲਕੁਲ, ਸਾਡੇ ਕੋਲ ਤੇ ਹਰ ਬੰਦਾ ਮੁਸੀਬਤ ਵਾਲਾ ਆਉਂਦਾ। ਹਾਂ ਸਹੀ, ਤੁਸੀਂ ਮੁਸੀਬਤ ਸਦਾ ਲੋਕਾਂ ਨਾਲ ਲੋਕਾਂ ਨੂੰ ਸੰਭਾਲਦੇ ਜੀ। ਠੀਕ, ਇਹ ਅੱਲਾ ਨੇ ਡਿਊਟੀ ਲਾਈ ਹੈ ਭਾਜੀ। ਠੀਕ, ਤੁਹਾਡੀ ਜਿਹੜੀ ਕਿੱਥੇ ਹੁੰਦੀ ਭਾਜੀ, ਆਪਣਾ ਫੈਕਟਰੀ ਕਿੱਥੇ ਹੁੰਦੀ ਆਪਣੀ? ਸਰ ਕੀ ਹੋ ਗਿਆ ਤੁਹਾਡੇ ਮਤਲਬ ਜੀ, ਫੈਕਟਰੀ ਮੇਰੀ ਸਰ 7 ਹਜ਼ਾਰ। ਅੱਛਾ, 1 ਲੱਖ ਤੇ ਤੁਹਾਨੂੰ ਕਿੰਨੇ ਪੈਸੇ ਦੇ ਆ ਹੁਣ? ਤੇ 7.5 ਹਜ਼ਾਰ ਭਾਜੀ। 7.5 ਹਜ਼ਾਰ ਰੁਪਇਆ ਤੁਸੀਂ ਕਿਸ਼ਤ ਲੈਣੀ ਮੇਰੇ ਕੋਲ? ਕਿਸ਼ਤ ਦੀ ਗੱਲ ਨਹੀਂ ਗੋਸ਼ਤ ਭਾਜੀ, ਅੱਗੇ ਜਾ ਕੇ ਵੇਖ ਲਓ ਕਿੰਨਾ ਫਰਕ ਹੈਗਾ ਸਾਡੇ ਮਾਲ ਚ, ਵੇਖ ਲਓ ਕਿੰਨਾ ਫਰਕ ਹੈ। ਉਹ ਉਹਨਾਂ ਦਾ ਗੋਸ਼ਤ ਮੈਨੂੰ ਸਾਫ਼ ਲੱਗਦੇ ਆ, ਤੁਹਾਡਾ ਦੇਖੋ ਮੱਖੀਆਂ ਕਿੜਕਿੜੀਆਂ ਪਲੀਆਂ ਨੇ, ਮੈਨੂੰ ਲੱਗਦਾ ਸਿਰਫ ਇਹੀ ਖਾਂਦੀਆਂ ਨੇ ਭਾਜੀ। ਉੱਥੇ ਵੀ ਮੱਖੀਆਂ ਪੈਂਦੀਆਂ ਨੇ, ਨਹੀਂ ਲੋਕ ਇੱਥੇ ਸੁੱਟਦੇ ਨੇ, ਇਹ ਵੇਖੋ ਇੱਥੇ ਸੁੱਟਦੇ ਨੇ, ਉਹ ਵੇਖੋ ਉਹ ਤੁਹਾਡੇ ਵਰਗੇ ਕਿੰਨੇ ਫਿਰਨ ਡਏ ਨੇ, ਉਹ ਵੇਖੋ। ਹਾਂਜੀ, ਉਹ ਵੇਖੋ, ਲੈ ਤੁਸੀਂ ਇਸ ਤੋਂ ਹੀ ਇੱਥੇ ਵੇਚਦੇ ਹੋ ਤੇ ਫੈਮਿਲੀ ਕੋਲ ਹੀ ਹੈ ਤੁਹਾਡੀ? ਮੇਰੀ ਫੈਮਿਲੀ ਨਹੀਂ ਭਾਜੀ, ਸਾਰੇ ਲੱਗਣ ਤੇ ਹੈ ਕਿ ਤੁਸੀਂ ਇੱਥੇ ਹੀ ਕਰਕੇ ਆਪਣੇ ਘਰ ਨੂੰ ਸਿੱਟ ਦਿੰਦੇ ਹੋ, ਉਹ ਵੇਖੋ ਤੇ ਕਿੰਨੇ ਮੁਸ਼ਤਰਕਾ ਜੀ ਫਿਰ ਰਹੇ ਨੇ। ਵੇਖੋ ਜੀ, ਅੱਲਾ ਦੀ ਮਖਲੂਕ ਹੈ, ਇਹਨਾਂ ਨੇ ਇੱਥੋਂ ਹੀ ਖਾਣਾ ਪੀਣਾ, ਹੋਰ ਪੱਲਿਓ ਤੇ ਖਾ ਨਹੀਂ ਸਕਦੇ। ਆ ਬਾਦ ਦੀ ਸਹੀ ਗੱਲ ਲਿਖਣੀ ਹੈ, ਕਿਹੜਾ ਵੈਗਨਾ ਚੱਲਦੀ ਹੈ ਤੁਸੀਂ ਦੇਣਾ ਇਹਨਾਂ ਨੂੰ? ਉਹ ਵੇਖੋ ਤੁਹਾਡਾ ਬੱਚਾ ਵੀ ਬਾਹਰ ਆ ਗਿਆ। ਭਾਜੀ ਸਾਡਾ ਨਹੀਂ ਹੈਗਾ, ਇਹ ਮਖਲੂਕ ਹੈ ਅੱਲਾ ਦੀ। ਅੱਲਾ ਦੀ ਮਖਲੂਕ, ਤੁਹਾਡੇ ਤੁਹਾਡੇ ਛਾਪਰਾਂ ਦੀ ਫੈਕਟਰੀ ਹੈ ਨਾ? ਜੀ ਜੀ ਜੀ, ਇਹਨਾਂ ਦੀ ਵੀ ਇੱਥੇ ਖਾਣ ਪੀਣ ਦੀ ਫੈਕਟਰੀ ਹੈ, ਵੇਖੋ ਕਿਹੜੇ ਕਿਹੜੇ ਮੋਰਚੇ ਬਣਾਏ ਇਹਨਾਂ ਨੇ। ਹਾਂਜੀ ਬਿਲਕੁਲ ਸਹੀ ਗੱਲ, ਮੋਰਚੇ ਬਣਾਏ, ਮੈਨੂੰ ਫੌਜੀ ਚੂਹੇ ਲੱਗਦੇ ਨੇ। ਭਾਜੀ ਕੀ ਹੋ ਗਿਆ ਤੁਹਾਨੂੰ, ਮਖਲੂਕ ਹੈਗੀ ਇਹ, ਖਾਣਾ ਪੀਣਾ ਇਹਨਾਂ ਨੇ, ਰਾਤ ਪੈ ਗਈ ਤੇ ਹੋਣੇ ਗਏ। ਯਾਨੀ ਕਿ ਜਿਹੜਾ ਮੈਂ ਲੈ ਕੇ ਤੁਹਾਡੇ ਕੋਲ ਇੱਥੇ ਸਿੱਟਣਾ ਹੈ, ਹਾਂਜੀ ਤੁਸੀਂ ਇੱਧਰ ਸ਼ਰੀਕੇ ਤੇ ਸਿੱਟਣਾ? ਸ਼ਰੀਕੇ ਚ ਨਹੀਂ ਭਾਜੀ, ਉਹ ਵੇਖੋ ਕਾਂ ਖਾਰ ਨੇ, ਉਹ ਕਾਂ ਖਾਣਗੇ, ਹੋਰ ਕਿਸੇ ਮਖਲੂਕ ਦੇ ਨਸੀਬਾਂ ਚ ਹੋਏਗਾ। ਮੁਸੀਬਤ ਚੱਲਣੀ ਚਾਹੀਦੀ, ਜਿਹੜਾ ਮਰਜ਼ੀ ਖਾਵੇ, ਇਹ ਤਾਂ ਮੁਸੀਬਤ ਚੱਲਣੀ ਚਾਹੀਦੀ। ਤੇ ਕਿੰਨੇ ਪੈਸੇ ਦਿਆ ਤੁਹਾਨੂੰ ਦੱਸੋ? ਕਿਹਾ ਤੇ ਹੈ 7.5 ਹਜ਼ਾਰ ਭਾਜੀ। ਯਾਰ ਫਿਰ ਉਹੀ ਰੇਟ ਤੇ ਮਾੜੀ ਮੋਟੀ ਕਨਸੈਸ਼ਨ ਹੁੰਦੀ ਹੈ, ਪਿਆਰ ਮੁਹੱਬਤ ਹੁੰਦਾ, ਦੁਬਾਰਾ ਫਿਰ ਤੁਹਾਡੇ ਕੋਲ ਸਦਕਾ ਲੈਣਾ। ਤੁਸੀਂ ਭਾਜੀ ਲੈ ਜਾਓ, ਮੈਂ ਇਹੀ ਸਮਝਾਂਗਾ, ਮੈਂ ਇਹ ਸਦਕਾ ਦੇ ਦਿੱਤਾ ਤੁਹਾਨੂੰ। ਸਰ ਮੈਂ ਤੇ ਕਹਿ ਰਿਹਾ ਜਿੰਨਾ ਤੁਸੀਂ ਗੱਲਾਂ ਕਰ ਰਹੇ ਹੋ, ਹਾਂਜੀ ਮੈਂ ਉਹਦੇ ਨਾਲ ਵਾਂਡਾ ਵਾਰ ਕੇ ਦੇ ਦਿਆਂ, ਉਹ ਬੇਟਾ ਜੀ ਉਹ ਵੀ ਤੁਹਾਨੂੰ ਅੱਜ ਕੱਲ੍ਹ ਸਹੀ ਨਹੀਂ ਜੇ ਲੱਭਣਾ, ਘਰ ਜਾਂਦੇ ਆ ਤੇ ਅੱਜ ਕੱਲ੍ਹ ਭਾਜੀ ਗੰਦਾ ਨਿਕਲ ਰਿਹਾ ਆਂਦਾ। ਸਹੀ ਗੱਲ, ਵਾਕਈ ਸਹੀ ਗੱਲ, ਸਦਕਾ ਇਹਦਾ ਹੀ ਲੱਗਦਾ ਜੇ। ਅੱਛਾ ਜੀ, ਫਿਫਰੇ ਦਾ? ਹਾਂਜੀ ਠੀਕ, ਤੇ ਹੁਣ ਦੇ ਫਿਰ ਕੋਈ ਕਰੋ ਪੈਕਟ, ਜਿਹੜੇ ਇੱਥੇ ਦੇਣੇ ਨੇ ਉਹ ਦੇ ਦਿਓ, ਜਿਹੜੇ ਗੱਡੀ ਵਾਲੇ ਨੇ ਉਹ ਪੈਕ ਕਰ ਦਿਓ, ਫੈਕਟਰੀ ਦੇ ਮੁਲਾਜ਼ਮਾਂ ਦੇ ਤੇ ਫੈਕਟਰੀ ਦੇ ਉਹ ਵੀ ਪੈਕ ਕਰਕੇ ਦੇ ਦਿਓ। ਠੀਕ ਹੈ, ਉਹ ਕਾਟਨ ਸ਼ਾਟਨ ਤੁਹਾਡੇ ਕੋਲ ਕੀ ਹੋ? ਕਾਟਨ ਸ਼ਾਟਨ ਹੈ ਤੁਹਾਡੇ ਕੋਲ ਜਿਹਦੇ ਚ ਪੈਕ ਕਰੋ? ਭਾਜੀ ਅਸੀਂ ਇਹ ਖਰੇ ਕਿਵੇਂ ਲਿਆਉਂਦੇ ਆ, ਤੁਸੀਂ ਕਾਟਨ ਦੀ ਗੱਲ ਕਰਦੇ ਹੋ, ਉੱਥੋਂ ਕੱਢੋ ਕੋ ਆਪਣਾ ਕੱਪੜਾ ਛਪੜਾ, ਗੱਡੀ ਆਪਣੀ? ਜੀ ਜੀ ਜੀ, ਹੈ ਆਪਣੀ ਗੱਡੀ, ਮੇਰੀ ਗੱਡੀ। ਲਿਆਓ ਕੱਪੜਾ ਛਪੜਾ ਜਾਂ ਡਿੱਗੀ ਚ ਮਾਲ ਰਖਾ ਦੇ ਆ। ਹਾਂ ਡਿੱਗੀ ਚ ਰਖਾ ਦੇ, ਚਲੋ ਇਸ ਤਰ੍ਹਾਂ ਕਰੋ, ਮੈਂ ਤੁਹਾਨੂੰ 500 ਰੁਪਏ ਐਡਵਾਂਸ ਦਿੰਦਾ ਵਾ। ਅੱਛਾ ਜੀ ਠੀਕ ਹੈ, ਤੇ ਇਹ ਬਾਕੀ ਤੁਸੀਂ ਫੈਕਟਰੀ ਆ ਕੇ ਲੈ ਲਓ। ਭਾਜੀ ਪਹਿਲਾਂ ਤੁਹਾਡਾ ਮੇਰਾ ਰਾਬਤਾ ਹੈ, ਤੇ ਮੈਂ ਕਿੱਥੇ ਤੁਹਾਨੂੰ ਲੱਭਦਾ ਰਹਾਂਗਾ, ਅੱਜ ਅਸੀਂ ਇੱਥੇ ਖਲੋਤੇ ਆ, ਕੱਲ ਨੂੰ ਅਸੀਂ ਇਹਦੀ ਵੱਡੀ
ਫੈਕਟਰੀ ਹੈ ਸ਼ਾਪਰਾਂ ਦੀ ਜਨਾਬ, ਤੁਸੀਂ ਆ ਕੇ ਦੇਖੋਗੇ ਨਾ ਲਿਖਿਆ ਹੋਏਗਾ ਜੁਨੇਦ ਸ਼ਾਪਰ ਸੈਂਟਰ। ਅੱਛਾ, ਜੁਨੇਦ ਐਡਾ ਵੱਡਾ ਕਰਕੇ ਲਿਖਿਆ ਹੋਏਗਾ ਤੇ ਤੁਸੀਂ ਦੇਖੋਗੇ ਇਹ 500 ਰੁਪਏ ਤੁਸੀਂ ਐਡਵਾਂਸ ਲਓ। ਅੰਦਰ ਕੰਮ ਵੀ ਕਰਦੇ ਨੇ ਕਿ ਲਿਖਿਆ ਹੈ ਜੇ? ਮੈਂ ਪੁੱਛੇ ਸਰ ਅੰਦਰ ਕੰਮ ਹੋ ਰਿਹਾ, ਮਸ਼ੀਨਾਂ ਲੱਗੀਆਂ ਨੇ, ਦਾਣੇ ਦੇ ਨਾਲ ਸ਼ਾਪਰ ਬਣਦਾ, ਮੈਂ ਤੁਹਾਨੂੰ ਉੱਥੇ ਆਓ ਵੀ ਸਾਰਾ ਸਮਝਾ ਦਿਆਂਗਾ। ਕੰਮ ਤੇ ਹੋ ਰਿਹਾ ਭਾਜੀ, ਇਹ ਨਾ ਹੋਵੇ ਕਿ ਜੇ ਫੈਕਟਰੀ ਬਣ ਰਹੀ ਹੋਵੇ ਬੋਰਡ ਪਹਿਲੇ ਲਾਤਾ ਤੁਸੀਂ। ਨਹੀਂ ਹਜੇ ਬਣ ਨਹੀਂ ਰਹੀ, ਸਾਰਾ ਕੁਝ ਓਕੇ ਨੇ, ਮਜ਼ਦੂਰ ਕੰਮ ਕਰ ਰਹੇ ਨੇ। ਅਗਰ ਤੁਹਾਡੇ ਕੋਲ ਬੱਚੇ ਹੈ ਨਹੀਂ ਤੇ ਉਹਨਾਂ ਨੂੰ ਵੀ ਲਵਾਓ, ਉੱਥੇ 8000 ਰੁਪਇਆ ਸੈਲਰੀ ਹੈ। ਅਸੀਂ ਕਿਉਂ ਲਵਾਈਏ, ਸਾਡੇ ਘਰ ਦਾ ਖਾਣਾ ਰੈਸ਼ ਹਰ ਸਿਸਟਮ ਹੈ ਸਰ ਉੱਥੇ। ਉਹ ਸਰ ਸਾਡਾ ਆਪਣਾ ਮਾਸ਼ਾਅੱਲਾ ਐਪਲੀਕੇਸ਼ਨ ਚੱਲਦੀ, ਸਾਡੀਆਂ ਬ੍ਰਾਂਚਾਂ ਨੇ ਡਾਊਨਲੋਡ ਨਹੀਂ ਹੋਈ ਪਾਇਆ ਨਾ ਐਪਲੀਕੇਸ਼ਨ। ਕਲਮਾ ਚੌਕ ਸਾਡੀ ਬ੍ਰਾਂਚ ਹੈਗੀ, ਇੱਕ ਸਟੀਮ ਮੋਡ ਤੇ ਸਾਡੀ ਬ੍ਰਾਂਚ ਹੈ। ਮੈਂ ਕਲਮਾ ਚੌਕ ਨੈਨ ਵਿੱਚ ਤੁਹਾਡੇ ਸਾਹਿਬ ਨਾਲ, ਤੁਸੀਂ ਕਲਮਾ ਚੌਕ ਰੱਖੀ ਭਾਜੀ, ਉੱਥੇ ਜਿਹੜਾ ਪਹਿਲਾ ਇਸ਼ਾਰਾ ਆਉਂਦਾ। ਹਾਂਜੀ, ਉਹਦੇ ਥੱਲੇ ਦੋ ਬ੍ਰਾਂਚਾਂ ਨੇ ਸਾਡੀਆਂ। ਕਿਆ ਬਾਤ, ਇਹ ਸਟੀਮ ਮੋਡ ਤੁਸੀਂ ਕ੍ਰਾਸ ਕਰਦੇ ਆ ਪਰਲੀ ਸਾਹਿਬ ਦਰਬਾਰ ਦੇ ਕੋਲ, ਉਹਦੀ ਪੁਰਲੀ ਸਾਹਿਬ ਤੇ ਨੁੱਕਰ ਤੇ ਹੈਗੀ। ਕਿਆ ਬਾਤ, ਦੇਖੋ ਦੁਨੀਆ ਕਹਿੰਦੀ ਹੈ ਸਾਡਾ ਪਾਕਿਸਤਾਨ ਤਰੱਕੀ ਨਹੀਂ ਕਰਦਾ। ਹਾਂਜੀ, ਇੱਥੇ ਸਦਕੇ ਵਾਲਿਆਂ ਨੇ ਬ੍ਰਾਂਚਾਂ ਬਣਾਈਆਂ। ਸਦਕੇ ਵਾਲੇ ਕੀ ਮਤਲਬ ਭਾਜੀ, ਕੰਮ ਹੈਗਾ ਤੁਸੀਂ ਸਦਕਾ ਦੇਣਾ ਅਗਲੇ ਨੂੰ, ਏਡਾ ਹੀ ਤੁਸੀਂ ਜੁੜਿਆ ਹੋਇਆ ਬੰਦਾ ਸਮਝ ਲੈਂਦੇ ਭਾਜੀ। ਅਸੀਂ ਸਦਕਾ ਲੈ ਕੇ ਦੇਣਾ ਔਰ ਆਪਣੇ ਆਪ ਤੋਂ ਵਾਰ ਕੇ ਥੋੜੀ ਦੇ ਦੇਣਾ। ਤੁਸੀਂ ਆਪਣਾ ਹੀ ਦਿਓ ਭਾਜੀ, ਤੁਹਾਡੇ ਬਾਰੇ ਚ ਨਹੀਂ ਆਉਣਾ ਹੈਗਾ। 900 ਰੁਪਏ ਐਡਵਾਂਸ ਦੇ ਰਹੇ ਹੋ ਸਰ, ਤੁਸੀਂ ਲਵੋ ਨਾ 500 ਰੁਪਇਆ, ਤੁਸੀਂ ਐਡਵਾਂਸ ਲੈ ਲਓ ਨਾ ਭਾਜੀ। ਜਿੰਨੇ ਤੁਹਾਨੂੰ ਆਪਣਾ ਸਦਕਾ ਦਿੱਤਾ ਨਾ, ਪਹਿਲੇ ਉਹਨੂੰ ਦੇ ਕੇ ਆਓ, ਤੁਸੀਂ ਮੈਨੂੰ ਦੇਣ ਤੁਰ ਪਏ। ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਭੈਣ, ਮੈਂ ਬਕਲਮ ਖੁਦ ਮਾਲਕ ਆ, ਤੁਹਾਨੂੰ ਮੇਰੇ ਨੈਣ ਨਕਸ਼ਾ ਤੋਂ ਨਹੀਂ ਲੱਗ ਰਿਹਾ ਕਿ ਮੈਂ ਮਾਲਕ ਹੋਵਾਂ? ਮੈਂ ਲਓ, ਮੈਨੂੰ ਕਸਮ ਦਵਾ ਲਓ, ਇਹ ਮੈਨੂੰ ਯਕੀਨ ਨਹੀਂ ਹੋ ਰਿਹਾ। ਤੁਸੀਂ ਮੇਰੇ ਨਾਲ ਜਾਓਗੇ ਨਾ, ਤੁਸੀਂ ਵੇਖਣਾ ਕਿ ਇਹ ਗੱਡੀ ਅਜੇ ਗੇਟ ਤੇ ਅੱਗੇ ਜਾਏਗੀ ਤੇ ਮੁਲਾਜ਼ਮ ਸਾਰੇ ਇਸ ਤਰ੍ਹਾਂ ਇਸ ਤਰ੍ਹਾਂ ਸਲੂਟ ਮਾਰਨਗੇ, ਸਾਹਿਬ ਸਾਹਿਬ ਸਾਹਿਬ। ਜੇ ਉਸ ਤਰ੍ਹਾਂ ਜਾ ਗੱਡੀ ਚੋਂ ਉੱਤਰ ਕੇ ਗੱਡੀ 'ਚ ਜਾਣਾ, ਕਦੀ ਵੇਖਿਆ ਵੀ ਗੱਡੀ ਦੇ ਵਿੱਚ ਲੰਮਾ ਪੈ ਕੇ ਬੰਦਾ ਜੋੜਾ? ਭਾਜੀ, ਕਹਿਣ ਦਾ ਮਕਸਦ ਇਹ ਵੇ ਕਿ ਇਹ 500 ਰੁਪਇਆ ਜਿਸ ਬੰਦੇ ਨੇ ਤੁਹਾਨੂੰ ਦਿੱਤਾ ਨਾ ਵਾਰ ਕੇ, ਜੀ ਜੀ, ਇਹ ਪਹਿਲੇ ਕਿਸੇ ਨੂੰ ਦਿਓ ਤੇ ਆਪਣੇ ਪੈਸਿਆਂ ਦਾ ਸਦਕਾ ਲੈ ਕੇ ਜਾਓ। ਉਹ ਲੱਗਦਾ ਹੁੰਦਾ, ਇਹ ਕਿਸੇ ਦੇ ਪੈਸਿਆਂ ਦਾ ਨਹੀਂ ਲੱਗਦਾ। ਸਰ, ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਇੱਕ ਤੱਕ ਜਿਹੜਾ ਤੁਹਾਡੇ ਸਾਹਮਣੇ ਆਪਣੇ ਵਾਲਟ 'ਚੋਂ ਕੱਢ ਕੇ ਤੁਹਾਨੂੰ ਦੇ ਰਿਹਾ, ਠੀਕ ਹੈ? ਹਾਂਜੀ, ਮੈਂ ਤੁਹਾਨੂੰ ਕਹਿ ਰਿਹਾ ਇਹ ਤੁਸੀਂ ਐਡਵਾਂਸ ਰੱਖੋ ਤੇ ਬਾਕੀ ਮੇਰੇ ਕੋਲ ਫੈਕਟਰੀ ਆ ਕੇ ਲੈ ਲਓ, ਮਾਲ ਸਾਰਾ ਗੱਡੀ 'ਚ ਰੱਖ ਦਿਓ। ਭਾਜੀ, ਜਦੋਂ ਤੁਸੀਂ ਮੇਰੇ ਕੋਲ ਫੈਕਟਰੀ ਆ ਕੇ ਲਿਜਾ ਰਹੇ ਹੋ ਤਾਂ ਮੈਂ ਕਿਉਂ ਫੈਕਟਰੀ ਆ ਕੇ ਤੁਹਾਡੇ ਕੋਲ ਪੈਸੇ ਲਵਾਂ? ਤੁਹਾਡੀ ਕਿਹੜੀ ਫੈਕਟਰੀ ਹੈ? ਤੁਸੀਂ ਸੜਕ ਤੇ ਖੜੇ ਹੋ, ਰੋਡ ਸੜਕ? ਭਾਜੀ, ਇਹ ਸੜਕ ਨਹੀਂ ਹੈਗੀ, ਇਹ ਸਾਡੀ ਬ੍ਰਾਂਚ ਹੈ, ਤਾਂ ਤਾਂ ਤੇ ਬ੍ਰਾਂਚਾਂ ਨੇ ਸਾਡੀਆਂ ਲੈਣ ਸਿਰ ਕੀ ਕਰਦੇ ਹੋ? ਯਾਰ ਕਹਿੰਦੇ ਜੀ ਕਿ ਚਲੋ ਠੀਕ ਹੈ, ਪੈਸੇ ਪੂਰੇ ਦਿਓ ਤੁਸੀਂ, ਪੈਸੇ ਰਹਿਣ ਦਿਓ ਫਿਰ। ਆ ਤੁਸੀਂ ਗੱਡੀਆਂ ਤੇ ਜਾਂਦੇ ਹੋ, ਇੱਥੇ ਆ ਕੇ ਤੁਸੀਂ ਬਿਲਕੁਲ ਸਾਡੇ ਨਾਲੋਂ ਵੀ ਥੱਲੇ ਦੀ ਵਾਲੀ ਗੱਲ ਕਰ ਰਹੇ ਹੋ। ਸਰ, ਗੱਡੀਆਂ ਤੇ ਹੀ ਆਉਣਾ, ਹੋਰ ਤੁਹਾਡੇ ਕੋਲ ਸਾਈਕਲ ਤੇ ਫਿਰ ਜਾਈਏ, ਖਲੀਆਂ ਪਵਾ ਲਈਏ, ਖਲੀਆਂ ਪਵਾ ਅਸੀਂ ਉਹ ਅੱਗੋਂ ਲੈ ਲੈਂਦੇ, ਅੱਗੋਂ ਜਾਓ ਲਵੋ ਅੱਗੋਂ ਆ ਕੇ ਲਵੋ।